ਬੇਅਦਬੀ ਮਾਮਲੇ ਚ ਘਿਰੇ ਸਾਬਕਾ SSP ਚਰਨਜੀਤ ਸਿੰਘ, SSP ਰਘੁਵੀਰ ਸਿੰਘ ਅਤੇ ਇੰਸਪੈਕਟਰ ਅਮਰਜੀਤ ਸਿੰਘ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਿਫਾਰਿਸ਼ ਤੇ ਕੀਤੀ ਜਾਣ ਵਾਲੀ ਕਾਰਵਾਈ ਤੇ ਲਗਾਈ ਰੋਕ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਮੰਗਿਆ ਜਵਾਬ। ਬਠਿੰਡਾ ਪੁਲਿਸ ਨੇ ਸੁਲਝਾਈ ਆਪ ਆਗੂ ਹਰਵਿੰਦਰ ਹਿੰਦਾ ਦੇ ਕਤਲ ਦੀ ਗੁੱਥੀ। ਪੁਲਿਸ ਮੁਤਾਬਕ ਪਤਨੀ ਨੇ ਸਾਥੀਆਂ ਨਾਲ ਮਿਲ ਕੇ ਦਿੱਤਾ ਸੀ ਕਤਲ ਨੂੰ ਅੰਜਾਮ। ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਆਪ ਦਾ ਉਮੀਦਵਾਰ ਸੀ ਹਰਵਿੰਦਰ ਹਿੰਦਾ। ਯੂਨਾਈਟਿਡ ਸਿੱਖ ਮਿਸ਼ਨ ਨੇ ਕਰਤਾਰਪੁਰ ਲਾਂਘਾ ਬਣਾਉਣ ਤੇ ਸਾਰਾ ਖਰਚ ਦੇਣ ਦਾ ਰੱਖਿਆ ਪ੍ਰਸਤਾਵ। 18 ਮਿਲੀਅਨ ਡਾਲਰ ਦਾ ਖਰਚ ਆਉਣ ਦਾ ਹੈ ਅਨੁਮਾਨ। ਲਾਂਘਾ ਖੁਲਵਾਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਮਿਲ ਕੇ ਯਤਨ ਕਰਨ ਦੀ ਵੀ ਕੀਤੀ ਅਪੀਲ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਲਿਆ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ। ਏਸ਼ੀਅਨ ਖੇਡਾਂ 2018 'ਚ ਟੀਮ ਦੀ ਹੋਈ ਹਾਰ ਨੂੰ ਦੱਸਿਆ ਕਾਰਨ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫਿਰ ਦਿਖਾਈ ਮੀਡੀਆ ਨਾਲ ਤਲਖੀ। ਰੋਡਰੇਜ ਮਾਮਲੇ 'ਚ ਮੀਡੀਆ ਵੱਲੋਂ ਪੁੱਛੇ ਸਵਾਲ ਤੇ ਦਿਖਾਇਆ ਗੁੱਸਾ, ਨਹੀਂ ਦਿੱਤਾ ਮੀਡੀਆ ਦੇ ਸਵਾਲ ਦਾ ਜਵਾਬ। NOC ਜਾਰੀ ਨਾ ਕਰਨ ਤੇ ਅੰਮ੍ਰਿਤਸਰ 'ਚ BJP ਨੇ DC ਦਫ਼ਤਰ ਮੂਹਰੇ ਦਿੱਤਾ ਧਰਨਾ। ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਪ੍ਰਾਪਰਟੀ ਡੀਲਰਾਂ ਤੇ BJP ਵਰਕਰਾਂ ਨਾਲ ਮਿਲ ਕੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ। ਸਰਕਾਰ ਤੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਲਗਾਏ ਇਲਜ਼ਾਮ।